ਹਾਣੀ ਕਦਿਆਂ ਨੇ ਪੰਜਾਬ ਦੇ ਲੋਕਾਂ ਦੀਆਂ ਕਿ ਭੈਣ ਦਾ ਭਰਾ ਤੇ ਮਾਪਿਆਂ ਦਾ ਇਕਲੌਤਾ ਪੁੱਤ ਜਿਹੜਾ ਆ ਉਹ ਦੁਨੀਆ ਤੋਂ ਤੁਰ ਗਿਆ ਹੈ ਚਾਰ ਪੰਜ ਕਿਸਾਨ ਹੋਰ ਸ਼ਹੀਦ ਹੋ ਗਿਆ ਰੋਜ ਉਥੋਂ ਡੈੱਡ ਬੋਡੀ ਜਿਹੜੀ ਹੈ ਉਹ ਪੰਜਾਬ ਦੇ ਘਰਾਂ ਵਿੱਚ ਆ ਰਹੀ ਹੈ ਤੇ ਯਾਰ ਸਾਡੀ ਸਰਕਾਰ ਜਿਹੜੀ ਇੱਥੇ ਰੰਗਰਾਲੀਆਂ ਮਨਾਉਂਦੀ ਫਿਰਦੀ ਹੈ ਰੰਗਲਾ ਪੰਜਾਬ ਰੰਗਲਾ ਪੰਜਾਬ ਆਹ ਹਫ਼ਤੇ ਦਾ ਪ੍ਰੋਗਰਾਮ ਜਿਹੜਾ ਆ 23 ਤਰੀਕ ਤੋਂ ਲੈ ਕੇ 29 ਤਰੀਕ ਦਾ ਜਿਹੜਾ ਗੀਤ ਸੰਗੀਤ ਦਾ ਪ੍ਰੋਗਰਾਮ ਰੱਖਿਆ ਅਮਰ ਸਰਦੀ ਧਰਤੀ ਤੇ ਭਗਵੰਤ ਮਾਨ ਜੀ ਜਾਂ ਜਿਹੜੀ ਇਹਨਾਂ ਦੀ ਕਿਹੜੀ ਬੀਬੀ ਆ ਜਿਹੜੀ ਐਮਐਸਪੀ ਵਾਲੀ ਆ ਬੀਬੀ ਐਮਐਸਪੀ ਨੇ ਹਾਂਜੀ ਜਿਹੜੀ ਬੀਬੀ ਐਮਐਸਪੀ ਆ ਉਹਨੇ ਇੱਥੇ ਇੱਕ ਹਫਤੇ ਦਾ ਰੰਗਲੇ ਪੰਜਾਬ ਦਾ ਜਿਹੜਾ ਆ ਗੀਤ ਸੰਗੀਤ ਪਤਾ ਨਹੀਂ ਚੋਟੀ ਦੇ ਕਲਾਕਾਰ社 ਉਹਨਾਂ ਨੂੰ ਵੀ ਸ਼ਰਮ ਨਹੀਂ ਆਉਂਦੀ ਮੈਂ ਨਹੀਂ ਕਹ ਮੇਰੇ ਬੜੇ ਪਿਆਰ ਵਾਲੇ ਕਈ ਮੇਰੀ ਸਾਹ ਜਾਲੇ ਆ ਕਈ ਮੇਰੇ ਨਿੱਕੂ ਨੇ ਉਹਨਾਂ ਦੇ ਵਿੱਚੋਂ ਉਹੀ ਮੋਰੇ ਪਤਾ ਨਹੀਂ ਪੰਜਾਬ ਦੇ ਵਿੱਚ ਕਿਸਾਨਾਂ ਦਾ ਖੂਂਗ ਵਗ ਰਿਹਾ ਹੈ ਉਹ ਵੀ ਇਹ ਚਾਨ ਦਾ ਸਟੇਜਾਂ ਤੇ ਚੜ ਚੜ ਕੇ ਪਤ ਨਹੀਂ ਹੋਰ ਹੀ ਕੁਛ ਗਈ ਜਾਂਦੇ ਹੋਰ ਹੀ ਹੋਰ ਹੀ ਇੱਥੇ ਰੰਗ ਬਣਈ ਜਾਂਦੇ ਆ ਕਿਤਰਾ ਜੀ ਕਰਦਾ ਤੁਹਾਡਾ ਯਾਰ ਪੰਜਾਬ ਦੀ ਧਰਤੀ ਤੇ ਕਿਸਾਨਾਂ ਦਾ ਲਹੂ ਵਗ ਰਿਆ ਹੋਵੇ ਤੇ ਤੁਸੀਂ ਆਣ ਕੇ ਇੱਥੇ ਗਿੱਧੇ ਭੰਗੜੇ ਪਾਓ ਕਿ ਪੈਸਾ ਇੰਨਾ ਜ਼ਰੂਰੀ ਹੋ ਗਿਆ ਤੇ ਫਿਰ ਤੁਸੀਂ ਵੱਡੇ ਵੱਡੇ ਉਪਦੇਸ਼ ਦਿੰਦੇ ਜੇ ਕਿ ਕਿਸਾਨ ਆ ਉਹ ਜੀ ਕਿਸਾਨ ਆ ਆ ਜੀ ਪੰਜਾਬੀ ਆ ਆ ਜੀ ਸਿੱਖ ਆ ਜੀ ਅਸੀਂ ਯੋਧੇ ਹੁੰਨੇ ਆ ਹੁੰਨੇ ਆ ਆ ਜੀ ਉਹਦਾ ਆਪਣਾ ਤੁਹਾਡਾ ਕਿ ਪੰਜਾਬ ਦੀ ਧਰਤੀ ਖੂਨ ਨਾਲ ਰੰਗੀ ਹੋਵੇ ਤੇ ਤੁਸੀਂ ਅੰਮ੍ਰਿਤਸਰ ਦੀ ਧਰਤੀ ਤੇ ਆਣ ਆਣ ਕੇ ਗਿੱਧੇ ਪੰਗੜੇ ਪਾਓ ਤੇ ਨੱਚ ਨੱਚ ਕੇ ਵਿਖਾਓ ਤੇ ਸੁਰਾਂ ਲਾ ਲਾ ਕੇ ਸੰਗੀਤ ਗਾਓ ਗਉਨੂ ਜੀ ਕਰਦਾ ਇਸ ਕਰਕੇ ਮੇਰੀ ਹੱਥ ਬਨ ਕੇ ਬੇਨਤੀ ਭਗਵੰਤ ਮਾਨ ਜੀ ਤੁਸੀਂ ਅੱਜ ਪੰਜਾਬ ਦੇ ਸੰਵਿਧਾਨ ਕਉਦੇ ਤੇ ਪੰਜਾਬ ਦੇ ਉਸ ਸਵਦੇ ਤੇ ਜੇ ਜਿੱਥੋਂ ਇਨਸਾਫ ਦੇਣਾ ਹਰ ਇੱਕ ਨੂੰ ਤੁਹਾਡਾ ਫਰਜ਼ ਹੈ ਧਰਮ ਹੈ ਪਰ ਤੁਸੀਂ ਨਹੀਂ ਦੇ ਰਹੇ ਤੇ ਮੇਰੀ ਇੱਕੋ ਬੇਨਤੀ ਹੈ ਸ਼੍ਰੋਮਣੀ ਅਕਾਲੀ ਦਲ ਵੱਲੋਂ ਕਿ ਭਾਈ ਇਨਸਾਫ ਦਿਓ ਬਗਾਨਿਆਂ ਦੇ ਨਾ ਬਣੋ ਪੰਜਾਬ ਦੇ ਬਣੋ ਪੰਜਾਬ ਨੇ ਤੁਹਾਨੂੰ 92 ਦਿੱਤੇ ਹੈ ਸਰਕਾਰ ਬਣਾ ਕੇ ਦਿੱਤੀ ਹੈ ਹਾਂਜੀ ਤੇ ਜਿਸ ਤਰ੍ਹਾਂ ਦੇ ਤੁਸੀਂ ਪਿੱਠੂ ਪਣਾ ਕਰ ਰਹੇ ਜੇ ਗੁਲਾਮ ਪਣਾ ਕਰ ਰਹੇ ਜੇ ਜਿਸ ਤਰ੍ਹਾਂ ਦੇ ਤੁਸੀਂ ਗੋਲੇ ਬਣ ਕੇ ਚੱਲ ਰਹੇ ਜੇ ਇਸ ਤਰ੍ਹਾਂ ਪੰਜਾਬ ਦਾ ਪਰ ਉਤਾਰਾ ਹੋਣਾ ਨਹੀਂ ਇੱਕ ਜੀ ਦੇਖੋ ਜਿਤਨਾ ਮੈਂ ਰੰਗਲੇ ਪੰਜਾਬ ਦੀ ਗੱਲ ਕੀਤੀ ਹੋਣਾ ਚਾਹੀਦਾ ਹੈ ਤੁਹਾਡਾ ਮਨ ਵੀ ਕਰਦਾ ਹੈ ਮੇਰਾ ਮਨ ਵੀ ਕਰਦਾ ਕਿ ਵਕਐ ਰੰਗਲਾ ਹੋਣਾ ਚਾਹੀਦਾ ਹੈ ਖੁਸ਼ੀਆਂ ਬਹਾਰਾਂ ਲਹਿਰਾਂ ਤਰਕੀਆਂ ਖੁਸ਼ਹਾਲੀ ਜਿਹੜੀ ਹੈ ਉਹ ਪੰਜਾਬ ਦੀ ਧਰਤੀ ਤੇ ਨਜ਼ਰ ਆਉਣੀ ਚਾਹੀਦੀ ਹੈ ਪਰ ਨਜ਼ਰ ਤੇ ਰੋਜ਼ ਗੋਲੀਆਂ ਆ ਰਹੀਆਂ ਨੇ ਕਤਲ ਆ ਰਹੇ ਨੇ ਢੱਕੇ ਆ ਰਹੇ ਨੇ ਲੁੱਟਾਂ ਖੋਹਾਂ ਆ ਰਹੀਆਂ ਨੇ ਘਰਾਂ 'ਚ ਵੜ ਵੜ ਕੇ ਲੁੱਟਾਂ ਖੋਹਾਂ ਕਰਦੇ ਨੇ ਇੱਥੇ ਮੈਂ ਕੇਰਾਂ ਗਿਆ ਕਿ ਸਾਡਾ ਕੇਰਾਂ ਇੱਥੇ ਕੋਈ ਮੇਲ ਮੈਂਬਰ ਘਰੇ ਨਹੀਂ ਹੁੰਦਾ ਹਾਂਜੀ ਕਦੇ-ਕਦੇ ਤੇ ਘਰਦਿਆਂ ਨੂੰ ਜਾਂ ਬੱਚਿਆਂ ਨੂੰ ਇਹ ਪੱਕੀ ਤੱਕ ਇਦ ਕੀਤੀ ਹੈ ਕਿ ਭਾਈ ਉਹਨਾਂ ਚਿਰ ਦਰਵਾਜ਼ਾ ਨਹੀਂ ਖੋਲਣਾ ਜਿੰਨਾ ਚਿਰ ਬਾਹਰ ਖੜੋਤਾ ਬੰਦਾ ਨੂੰ ਤੁਸੀਂ ਪਛਾਣ ਦੇ ਨਹੀਂ ਜਾਂ ਮੈਨੂੰ ਪੁੱਛ ਲੋ ਕਿ ਬਾਹਰ ਕੋਈ ਆਇਆ ਮੇਰੇ ਨਾਲ ਫੋਨ ਤੇ ਗੱਲ ਕਰੂ ਤਦ ਖੋਲਣਾ ਇਹ ਸਾਡੇ ਵਰਗੇ ਚ ਮਣਾ ਚ ਡਰ ਵੱਜਿਆ ਤੇ ਮੇਰੇ ਖਿਆਲ ਤੁਹਾਡੇ ਵੀ ਵੱਜਾ ਹੋਊਗਾ ਇਹੀ ਲਾਦ ਨਹੀਂ ਨਾ ਬਹੁਤ ਬਹੁਤ ਮਾੜੇ ਹਾਲਾਤ ਨੇ ਉਹ ਕਹਿੰਦਾ ਜੀ ਅਸੀਂ ਪੰਜਾਬ ਦਾ ਪੁੱਤ ਨੇ ਕੀ ਕਰਤਾ ਕੀ ਕਰਤਾ